ਗੁਰੂ ਰੂਪਿਆਰੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰੋਫੈਸਰ ਪੂਰਨ ਸਿੰਘ ਜੀ ਦੀ ਕਮੋਲਕ ਲਿਖਤ ਹੈ ਮੇਰੀ ਵਰੇ ਫੇਰੀ ਉਸ ਦਾ ਅਗਲਾ ਐਸਾ ਆਉ ਪਿਆਰ ਨਾਲ ਸਰਵਣ ਕਰਨ ਦੀ ਕੋਸ਼ਿਸ਼ ਕਰੀਏ ਜੀ ਸਿਰਲੇਖ ਹੈ ਸਿੱਖੀ ਦਿਮਾਗ ਸਿੱਖੀ ਦਿਲ ਦਾ ਨਤੀਜਾ ਸਿੱਖੀ ਦਿਮਾਗ ਹੈ ਦਿਮਾਗ ਦਾ ਨਤੀਜਾ ਦਿਲ ਨਹੀਂ ਪ੍ਰੀਤ ਦਾ ਹਾਸਲ ਖਿਆਲ ਹੈ ਖਿਆਲ ਦਾ ਨਤੀਜਾ ਪ੍ਰੀਤ ਨਹੀਂ ਸਿੱਖੀ ਦਿਲ ਦਾ ਨਤੀਜਾ ਸਿੱਖੀ ਦਿਮਾਗ ਹੈ ਦਿਮਾਗ ਦਾ ਨਤੀਜਾ ਦਿਲ ਨਹੀਂ ਪ੍ਰੀਤ ਦਾ ਹਾਸਲ ਖਿਆਲ ਹੈ ਖਿਆਲ ਦਾ ਨਤੀਜਾ ਪ੍ਰੀਤ ਨਹੀਂ ਸਿੱਖ ਦਾ ਦਿਲ ਪਹਿਲੇ ਬਣਿਆ ਦਿਮਾਗ ਪਿੱਛੋਂ ਪ੍ਰੀਤ ਵਿੱਚੋਂ ਖਿਆਲ ਉੱਠੇ ਉੱਠੇ ਨਾ ਉੱਠੇ ਨਾ ਉੱਠੇ ਪ੍ਰੀਤੋ ਵੇ ਤਾਂ ਖਿਆਲ ਦੀ ਕੀ ਲੋੜ ਹੈ ਨੈਣ ਕਪੋਲ ਮੱਥਾ ਵਾਲ-ਵਾਲ ਖਿਆਲੀ ਤਾਂ ਬਣ ਜਾਂਦੇ ਹਨ ਮਿੱਠੀਆਂ ਮਨਮੋਹਣੀਆਂ ਗੱਲਾਂ ਤਾਂ ਭਖਦੇ ਪ੍ਰੀਤ ਵਿੱਚ ਰੰਗੇ ਲਾਲ ਗੁਲਾਲ ਅਗ ਅਨਾਰੀ ਚਿਹਰੇ ਅਤੇ ਉਹ ਆਕਾਸ਼ ਦੇ ਰੰਗ ਵਾਲੀਆਂ ਸਾਫ ਸੁਥਰੀਆਂ ਨਿਰੋਲ ਅਡੋਲ ਅੱਖਾਂ ਕਰਦੀਆਂ ਹਨ ਦੁਨੀਆ ਤਾਂ ਸਾਰੀ ਇੱਥੇ ਹੀ ਲੁੱਟੀ ਗਈ ਖੜੇ ਖਿਆਲਾਂ ਦੀ ਕੇ ਲੋੜ ਰਹੀ ਅੱਗੇ ਕੌਣ ਜਾਏ ਸਿੱਖੀ ਇੱਕ ਇਲਾਈ ਸ਼ਾਨ ਹੈ ਸਿੱਖ ਹੋਵੇ ਤਾਂ ਦੁਮਾਲੇ ਜਾ ਕੇ ਤਾਰਿਆਂ ਨਾਲ ਲੱਗਦੇ ਹਨ ਔਰ ਇਹ ਆਕਾਸ਼ੀ ਛਤ ਵਾਲਾ ਪੂਗੋਲੀ ਗੁੰਬਦ ਸੋੜਾ ਸੋੜਾ ਜਿਹਾ ਲੱਗਣ ਲੱਗਦਾ ਹੈ ਸਾਹ ਕੋਟਿਆ ਕੋਟਿਆ ਜਾਂਦਾ ਹੈ ਭਾਈ ਮੈਨੂੰ ਤਾਂ ਕਈ ਵਾਰੀ ਇਹ ਜਗ੍ਹਾ ਤੰਗ-ਤੰਗ ਲੱਗਦੀ ਹੈ ਕੁਝ ਕਾਫੀ ਖੁੱਲੀ ਨਹੀਂ ਹਾਂਜੀ ਸਿੱਖ ਦਿਮਾਗਾਾਂ ਵਾਲੇ ਪਰ ਕਿਹੜਾ ਦਿਮਾਗ ਇਹ ਕੋਡੀਆਂ ਰੁਪਈਆਂ ਛਿਲਕਾਂ ਇਟਾਂ ਸਟਾਂ ਚੜੇ ਚੂਨੇ ਮਿੱਟੀ ਦੇ ਨਹੀਂ ਉਹ ਚਿਕੜ ਦਿਮਾਗ ਨਹੀਂ ਜਿਹੜੇ ਜਿਉਂ ਫਸੇ ਤੇ 84 ਦਾ ਗੇੜਾ ਮੁਕੜ ਵਿੱਚ ਨਹੀਂ ਆਉਂਦਾ ਇਹ ਸਹਿਲ ਪੱਥਰ ਹੋਏ ਹੋਏ ਹੂੰ ਹੂੰ ਕਰਦੇ ਦਿਮਾਗ ਨਹੀਂ ਇਹ ਆਸ ਇਹ ਆਸਾ ਤ੍ਰਿਸ਼ਨਾ ਦੀਆਂ ਅੱਗਾਂ ਨਾਲ ਮਨੂਰ ਹੋਏ ਹੋਏ ਦਿਮਾਗ ਨਹੀਂ 18 ਪਾੜ ਦਿਮਾਗ ਨਹੀਂ ਜਿਨ੍ਹਾਂ ਨੂੰ ਦੀਵੇ ਦੇ ਲੋ ਬੁਖਾਰ ਚੜਾ ਦਿੰਦੀ ਹੈ ਔਰ ਸ਼ਾਮ ਦੀ ਠੰਡੀ ਹਵਾ ਸੰਪਾਤ ਕਰ ਦਿੰਦੀ ਹੈ ਇਨਕੇ-ਨਕੇ ਕੀੜੇ ਦਿਮਾਗ ਨਹੀਂ ਜਿਹੜੇ ਲੋਹਾਂ ਨਾਲ ਹੀ ਦੱਬੇ ਰਹਿੰਦੇ ਹਨ ਫਿਰ ਦੁਹਰਾ ਦਈਏ ਹਾਂਜੀ ਸਿੱਖ ਦਿਮਾਗਾਂ ਵਾਲੇ ਪਰ ਕਿਹੜਾ ਦਿਮਾਗ ਇਹ ਕੋਡੀਆਂ ਰੁਪਈਆਂ ਛਿਲਕਾਂ ਇਟਾਂ ਸਟਾਂ ਚੜੇ ਚੂਨੇ ਮਿੱਟੀ ਦੇ ਨਹੀਂ ਉਹ ਚੱਕੜ ਦਿਮਾਗ ਨਹੀਂ ਜਿਹੜੇ ਜਿਉਂ ਫਸੇ ਤੇ 84 ਦਾ ਗੇੜਾ ਮੁਕਣ ਵਿੱਚ ਹੀ ਨਹੀਂ ਆਉਂਦਾ ਇਹ ਸੈਲ ਪੱਥਰ ਹੋਏ ਹੋਏ ਹੂੰ ਹੂੰ ਕਰਦੇ ਦਿਮਾਗ ਨਹੀਂ ਇਹ ਆਸਾ ਤ੍ਰਿਸ਼ਨਾ ਦੀਆਂ ਅੱਗਾਂ ਨਾਲ ਮਨੂਰ ਹੋਏ ਹੋਏ ਦਿਮਾਗ ਨਹੀਂ 18 ਪਾੜ ਦਿਮਾਗ ਨਹੀਂ ਜਿਨ੍ਹਾਂ ਨੂੰ ਦੀਵੇ ਦੀ ਲੋ ਬੁਖਾਰ ਚੜਾ ਦਿੰਦੀ ਹੈ ਔਰ ਸ਼ਾਮ ਦੀ ਠੰਡੀ ਹਵਾ ਸੰਪਾਤ ਕਰ ਦਿੰਦੀ ਹੈ ਇਨਕੇ-ਨਕੇ ਕੀੜੀ ਦਿਮਾਗ ਨਹੀਂ ਜਿਹੜੇ ਲੋਹਾਂ ਨਾਲ ਹੀ ਦੱਬੇ ਰਹਿੰਦੇ ਹਨ ਸਿੱਖੀ ਦਿਮਾਗ ਨੂੰ ਲੋੜ ਕੋਈ ਨਹੀਂ ਹੁੰਦੀ ਸਿੱਖੀ ਦਿਮਾਗ ਨੂੰ ਸਦਾ ਦੀ ਫਕੀਰੀ ਅਮੀਰੀ ਥੀਵੀ ਉੱਚੀ ਬੇਪਰਵਾਹੀ ਹੁੰਦੀ ਹੈ ਇਹ ਦਿਮਾਗ ਤੁਰ ਉਤਲੇ ਅੰਡਿੱਠੇ ਗੁਰੂ ਮੰਡਲਾਂ ਦੀਆਂ ਰਿਸ਼ਮੀ ਰਸੀਆਂ ਨਾਲ ਬੱਦੇ ਹੁੰਦੇ ਹਨ ਇਹ ਦਿਮਾਗ ਉਤਾਹਾਂ ਨੂੰ ਖਿੱਚੇ ਆਉਂਦੇ ਹਨ ਫਿਰ ਦੁਰਾਦਈਏ ਸਿੱਖੀ ਦਿਮਾਗ ਨੂੰ ਸਦਾ ਦੀ ਫਕੀਰੀ ਅਮੀਰੀ ਥੀਵੀ ਉੱਚੀ ਬੇਪਰਵਾਹੀ ਹੁੰਦੀ ਹੈ ਇਹ ਦਿਮਾਗ ਤੁਰ ਉਤਲੇ ਅੰਡਿੱਠੇ ਗੁਰੂ ਮੰਡਲਾਂ ਦੀਆਂ ਰਿਸ਼ਮੀ ਰਸੀਆਂ ਨਾਲ ਬੱਦੇ ਹੁੰਦੇ ਹਨ ਇਹ ਦਿਮਾਗ ਉਤਾਹਾਂ ਨੂੰ ਖਿੱਚੇ ਹੋਏ ਆਉਂਦੇ ਹਨ ਇਹ ਦਿਮਾਗ ਵਿਹੰਗਮੀ ਮਾਰਗਾਂ ਵਿੱਚ ਉੱਡਣ ਵਾਲੇ ਦਿਮਾਗ ਹਨ ਸਿੱਖੀ ਦਿਮਾਗ ਦੀਦਿਆਂ ਵਾਲੇ ਦਿਮਾਗ ਹਨ ਇਹ ਦਿਮਾਗ ਦੇਖਦੇ ਹਨ ਇਹ ਦਿਮਾਗ ਰਸਨਾ ਵਾਲੇ ਹਨ ਇਹ ਰਸਨਾ ਦੁਆਰਾ ਦੇਵਤਿਆਂ ਨਾਲ ਗੱਲਾਂ ਕਰਦੇ ਹਨ ਇਹ ਦਿਮਾਗ ਨਾਮ ਰਸ ਵਿੱਚ ਲੀਨ ਸਦਾ ਸਤਗੁਰੂ ਦੀ ਹਜ਼ੂਰੀ ਵਿੱਚ ਰਹਿੰਦੇ ਹਨ ਇਹਨਾਂ ਦਿਮਾਗਾਂ ਵਿੱਚ ਦਮ ਦਮ ਖੁਸ਼ੀ ਤੇ ਆਨੰਦ ਦੇ ਨਗਾਰੇ ਵੱਜਦੇ ਹਨ ਸਿੱਖ ਦਾ ਮਨੁੱਖਾ ਦੇ ਹੋਣਾ ਤੇ ਸਿੱਖ ਹੋ ਕੇ ਇਸ ਦਾ ਬਾਕੀ ਰਹਿ ਜਾਣਾ ਸਿੱਖ ਵਾਸਤੇ ਇੱਕ ਹਨ ਸਿੱਖਾਂ ਦਾ ਮਨੁੱਖਾ ਦੇ ਹੋਣ ਤੇ ਸਿੱਖ ਹੋ ਕੇ ਇਸ ਦਾ ਬਾਕੀ ਰਹਿ ਜਾਣਾ ਸਿੱਖ ਵਾਸਤੇ ਇੱਕ ਇਤਿਫਾਕ ਜਿਹਾ ਪ੍ਰਤੀਤ ਹੁੰਦਾ ਹੈ ਪਰ ਦੁਨੀਆ ਵਾਸਤੇ ਮਿਹਰ ਕਿਰਪਾ ਸਤਿਗੁਰਾਂ ਦਾ ਲਾੜ ਤੇ ਬਖਸ਼ਿਸ਼ ਵਰਤੀਤ ਹੁੰਦੀ ਹੈ ਇਹ ਦੇਵੀ ਦਿਮਾਗ ਹਨ ਇਹ ਗੁਰੂ ਨੂਰ ਨਾਲ ਭਰੇ ਦਿਮਾਗ ਹਨ ਸਿੱਖੀ ਦਿਮਾਗ ਵਾਸਤੇ ਸ਼ਰੀਰ ਦਾ ਦੇ ਦੇਣਾ ਪਰਿਵਾਰ ਦਾ ਦੇ ਦੇਣਾ ਦੁਨੀਆ ਦਾ ਸਰਮਾਨ ਸਤਿਗੁਰ ਦੇ ਹੁਕਮ ਅਨਸਾਰ ਵਾਰ ਦੇਣਾ ਤਾਂ ਕੋਈ ਗੱਲ ਹੀ ਨਹੀਂ ਨਿਰ ਸਿੱਖੀ ਦਿਮਾਗ ਨੂੰ ਤ੍ਰੈ ਲੋਕੀ ਤ੍ਰਿੰਨ ਸਮਾਨ ਦੇਦੀ ਹੈ ਉਹ ਹੈਰਾਨ ਤਾਂ ਹਰਦਮ ਇਸ ਪਰ ਰਹਿੰਦਾ ਹੈ ਕਿ ਸਤਗੁਰੂ ਦੀ ਭੇਟਾ ਕੀ ਦੇਵੇ ਸਭ ਕੁਝ ਸਤਗੁਰੂ ਦਾ ਹੈ ਭੇਟਾ ਤਾਂ ਬਣ ਹੀ ਨਹੀਂ ਸਕਦੀ ਚੰਗਾ ਸਤਗੁਰੂ ਦੀਆਂ ਚੀਜ਼ਾਂ ਸਤਗੁਰੂ ਨੂੰ ਹੀ ਪ੍ਰੇਮ ਨਾਲ ਭੇਟਾ ਕਰਨੀਆਂ ਚਾਹੀਏ ਸਤਗੁਰੂ ਦੇ ਬਾਗ ਦੇ ਫੁੱਲ ਸਤਗੁਰੂ ਦਾ ਨੋਕਰ ਤੋੜ ਕੇ ਹਜ਼ੂਰੀ ਵਿੱਚ ਪ੍ਰੇਮ ਨਾਲ ਪੇਸ਼ ਕਰਦਾ ਹੈ ਕੋਤਕ ਦੇਖੋ ਬਾ ਗੁਰੂ ਦਾ ਫੁੱਲ ਗੁਰਾਂ ਦੇ ਹੱਥ ਗੁਰਾਂ ਦੇ ਦਿਲ ਗੁਰਾਂ ਦਾ ਦਿਮਾਗ ਗੁਰਾਂ ਦਾ ਪ੍ਰੇਮ ਦਾ ਗੁਰਾਂ ਦੀ ਭੇਟਾ ਕਰਨ ਦੀ ਖਿੱਚ ਦਿੱਤੀ ਗੁਰਾਂ ਨੇ ਹੁਣ ਕੋਤਕ ਕੀ ਸਤਗੁਰੂ ਦਾ ਕੋਤਕ ਨਾ ਹੋਇਆ ਤਾਂ ਹੋਰ ਕੀ ਹੋਇਆ ਇਹ ਦਿਮਾਗ ਹੈ ਜੇ ਕੋਈ ਤ੍ਰੈਲੋਕੀ ਦੇਵੇ ਉਹ ਲੋੜ ਨਹੀਂ ਸਤਗੁਰੂ ਦੀ ਯਾਦ ਮਿਹਰ ਹਜ਼ੂਰੀ ਇਹ ਨਹੀਂ ਛੱਡ ਸਕਦੇ ਫਿਰ ਦੁਹਰਾ ਦਈਏ ਕੌਤਕ ਦੇਖੋ ਬਾਗ ਗੁਰੂ ਦਾ ਫੁੱਲ ਗੁਰਾਂ ਦੇ ਹੱਥ ਗੁਰਾਂ ਦੇ ਦਿਲ ਗੁਰਾਂ ਦਾ ਦਿਮਾਗ ਗੁਰਾਂ ਦਾ ਪ੍ਰੇਮ ਦਾਤ ਗੁਰਾਂ ਦੀ ਪੇਟਾ ਕਰਨ ਦੀ ਖਿੱਚ ਦਿੱਤੀ ਗੁਰਾਂ ਨੇ ਹੁਣ ਕੋਤਕ ਕੀ ਸਤਗੁਰ ਦਾ ਕੋਤਕ ਨਾ ਹੋਇਆ ਤਾਂ ਹੋਰ ਕੀ ਹੋਇਆ ਇਹ ਦਿਮਾਗ ਹੈ ਜੇ ਕੋਈ ਤ੍ਰੈਲੋਕੀ ਦੇਵੇ ਉਹ ਲੋੜ ਨਹੀਂ ਸਤਗੁਰੂ ਦੀ ਯਾਦ ਮਿਹਰ ਹਜ਼ੂਰੀ ਇਹ ਨਹੀਂ ਛੱਡ ਸਕਦੇ ਮਿੱਤਰ ਪਿਆਰੇ ਨੂੰ ਹਾਲ ਮਰੀਦਾਂ ਦਾ ਕਹਿਣਾ ਤੁਝ ਬਿਨ ਰੋਗ ਰਜਾਈਆਂ ਦਾ ਓੜਣ ਨਾਗ ਨਿਵਾਸਾਂ ਦਾ ਰਹਿਣਾ ਸੂਲ ਸਰਾਹੀ ਖੰਜਰ ਪਿਆਲਾ ਬਿੰਕ ਕਸਾਈਆਂ ਦਾ ਸਹਿਣਾ ਯਾਰੜੇ ਦਾ ਸਾਨੂੰ 70 ਚੰਗਾ ਪਟ ਖੇੜਿਆਂ ਦਾ ਰਹਿਣਾ ਇਹ ਉੱਚੇ ਦਿਮਾਗ ਤੇ ਇਹ ਉੱਚੇ ਦੁਮਾਲੇ ਕਲਗੀਆਂ ਵਾਲੇ ਨੇ ਆਪਣੀ ਸਿੱਖੀ ਦੇ ਸਿਰ ਬੱਦੇ ਖਾਲਸਾ ਜੀ ਸਾਵਧਾਨ ਹੋ ਜਾਓ ਸ਼ਰੀਰ ਦੇ ਅੰਤ ਸਮੇਂ ਉਹ ਆ ਹੀ ਛੁੜਾਸੀ ਉਹੀ ਸੱਚਖੰਡ ਨੂੰ ਉਡਾ ਕੇ ਖੜਸੀ ਉਹ ਉੱਚਾ ਉੜਦਾ ਉਡਾਰੀਆਂ ਮਾਰਦਾ ਦਿਮਾਗ ਜਿਸ ਦੇ ਆਕਾਸ਼ ਥੀ ਵੀ ਉੱਚੇ ਗੁੰਬਦ ਵਿੱਚ ਗੁਰੂ ਦਿੱਤੇ ਨਾਮ ਦੀ ਧੁਨੀ ਹਰਦਮ ਕੋਕ ਸੁਣਾਵੇ ਆਤਮਾ ਦੀ ਉਡਾਰੀ ਸਦਾ ਉਚਾਨ ਨੂੰ ਹੋਸੀ ਸਾਰੀ ਉਮਰ ਜੇ ਦੁਨੀਆ ਦੇ ਧੰਦਿਆਂ ਵਿੱਚ ਲਿਪਤ ਰਹੇ ਤਾਂ ਸਿੱਖੀ ਦੀ ਸ਼ਾਨ ਅਸਾਂ થી ਉਡਾਰੀ ਮਾਰ ਜਾਸੀ ਸਿੱਖੀ ਦਿਲ ਜਾਂ ਸਿੱਖੀ ਦਿਮਾਗ ਸੜੇ ਸਾਧਨਾ ਨਾਲ ਨਹੀਂ ਪ੍ਰਾਪਤ ਹੁੰਦੇ ਇਹ ਤਾਂ ਗੁਰੂ ਦੀ ਮਿਹਰ ਹੋਵੇ ਤਦ ਲੱਭਦੇ ਹਨ ਇਹ ਤਾਂ ਰੱਬੀ ਦਾਤਾ ਹਨ ਝੋਲੀ ਅੜ ਖਲੋਤੇ ਰਹੋ ਅੱਖਾਂ ਉੱਪਰ ਨੂੰ ਗੁਰੂ ਚਰਨਾਂ ਨਾਲ ਲਗਾਈ ਰੱਖੋ ਗੁਰੂ ਨਾਨਕ ਦੇਵ ਜੀ ਦੇ ਘਰ ਭਰੋਸਾ ਤੇ ਸਿੱਧਕ ਵਧਾਓ ਕਲ ਗਿਆ ਵਾਲੇ ਦੀ ਦਰਗਾਹ ਦੇ ਦਿਦਾਰੇ ਦੀਆਂ ਤਾਂਗਾ ਰੱਖੋ ਹਾਂਜੀ ਜਦ ਮੇਰ ਹੋਵੇ ਤਦ ਮਨੁੱਖ ਨਿਹਾਲ ਹੋ ਕੇ ਸਿੱਖ ਸਜੇ ਸਿੱਖ ਸਜਣਾ ਇੱਕ ਕੋਸਮਿਕ ਪ੍ਰੋਸੈਸ ਹੈ ਹਾਂਜੀ ਜਦ ਮੇਰ ਹੋਵੇ ਤਦ ਮਨੁੱਖ ਨਿਹਾਲ ਹੋ ਕੇ ਸਿੱਖ ਸਜੇ ਸਿੱਖ ਸਜਣਾ ਇੱਕ ਕੋਸਮਿਕ ਪ੍ਰੋਸੈਸ ਹੈ ਸਿੱਖੀ ਦਿਮਾਗ ਸਦਾ ਅਲਿਪਤ ਰਹਿੰਦਾ ਹੈ ਦੁਨਿਆਵੀ ਪਦਾਰਥ ਨਾਲ ਬਧਾ ਨਹੀਂ ਹੋਇਆ ਇਹ ਤਾਂ ਉੱਪਰ ਦੇ ਹੁਕਮ ਮੰਨਣ ਵਾਲਾ ਦਿਮਾਗ ਹੈ। ਹਾਂਜੀ ਸਿੱਖੀ ਦਿਮਾਗ ਸਦਾ ਅਲਿਪਤ ਰਹਿੰਦਾ ਹੈ। ਦੁਨਿਆਵੀ ਪਦਾਰਥਾਂ ਨਾਲ ਬੱਧਾ ਨਹੀਂ ਹੋਇਆ। ਇਹ ਤਾਂ ਉੱਪਰ ਦੇ ਹੁਕਮ ਮੰਨਣ ਵਾਲਾ ਦਿਮਾਗ ਹੈ। ਇਸ ਦਿਮਾਗ ਵਿੱਚ ਗੰਭੀਰਤਾ, ਸ਼ੀਤਲਤਾ, ਪਵਿੱਤਰਤਾ, ਵੀਰਤਾ, ਧੀਰਤਾ, ਅਨੰਤਤਾ ਬਦਲਾ ਮੰਗ ਰਹਿੰਦੀਆਂ ਹਨ। ਜਿੱਥੇ-ਕਿੱਥੇ ਲੋੜ ਹੋਵੇ ਬਰਖਾਂ ਕਰ ਦਿੰਦੀਆਂ ਹਨ। ਇਸ ਦਿਮਾਗ ਵਿੱਚ ਪਰ ਦੁਪਹਿਰੀ ਕੜਾਕੇ ਹਨ ਜਿਨ੍ਹਾਂ ਦੇ ਤੇਜ আর ਗਰਮੀ ਦੇ ਸਾਹਮਣੇ ਹਨੇਰੇ ਦੇ ਪੂਤ ਨਹੀਂ ਫੜਕ ਸਕਦੇ ਇਸ ਦਿਮਾਗ ਦੀ ਇਲਾਹੀ ਉਚਾਈ ਇਲਾਹੀ ਖੁਲ ਇਲਾਹੀ ਤੇਜ ਰੱਬੀ ਰੋਸ਼ਨੀ ਤੇ ਚਮਕ ਇਹਨੂੰ ਕੁੱਲ ਸੰਸਾਰ ਵਿੱਚੋਂ ਇਕੱਲਾ ਕਰ ਤਰਦੇ ਹਨ ਫਿਰ ਦੁਰਾਦਈਏ ਇਸ ਦਿਮਾਗ ਵਿੱਚ ਗੰਭੀਰਤਾ, ਸ਼ੀਤਲਤਾ, ਪਵਿੱਤਰਤਾ, ਵੀਰਤਾ, ਧੀਰਤਾ, ਅਨੰਤਤਾ ਬਦਲਾ ਵਾਂਗ ਰਹਿੰਦੀਆਂ ਹਨ ਜਿੱਥੇ ਕਿੱਥੇ ਲੋੜ ਹੋਵੇ ਬਰਖਾ ਕਰ ਦਿੰਦੀਆਂ ਹਨ ਇਸ ਦਿਮਾਗ ਵਿੱਚ ਪਰ ਦੁਪਹਿਰੀ ਕੜਾਕੇ ਹਨ ਜਿਨ੍ਹਾਂ ਦੇ ਤੇਜ আর ਗਰਮੀ ਦੇ ਸਾਹਮਣੇ ਹਨੇਰੇ ਦੇ ਪੂਤ ਨਹੀਂ ਫੜਕ ਸਕਦੇ ਇਸ ਦਿਮਾਗ ਦੀ ਇਲਾਹੀ ਉਚਾਈ ਇਲਾਹੀ ਖੁਲ ਇਲਾਹੀ ਤੇਜ ਰੱਬੀ ਰੋਸ਼ਨੀ ਤੇ ਚਮਕ ਇਹਨੂੰ ਕੁੱਲ ਸੰਸਾਰ ਵਿੱਚੋਂ ਅਕੱਲਾ ਕਰ ਤਰਦੇ ਹਨ ਗੁਰੂ ਰੂਪਿਆਰੀ ਸਾਧ ਸੰਗਤ ਜੀ ਇਸ ਲਖਤ ਦਾ ਅਖੀਰਲਾ ਪਾਗ ਆਪ ਜੀ ਨੂੰ ਅੱਗੇ ਪੜ ਕੇ ਸਰਵਣ ਕਰਾਉਣ ਦੀ ਕੋਸ਼ਿਸ਼ ਕਰਾਂਗੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ